ਗਲਤ ਘੁੰਮਦਾ ਰਿਹਾ ਯਾਰ। ਜਿੱਦਾਂ ਕਿ ਮੈਂ ਆਇਆ, ਮੈਨੂੰ ਹੁਣ ਪਤਾ ਲੱਗਾ ਕਿ ਇੱਥੇ ਦੋ ਤਰ੍ਹਾਂ ਦੇ ਦੁਬਈ ਆ, ਇੱਕ ਤਾਂ ਹੈ ਨਿਊ ਦੁਬਈ, ਓਲਡ ਦੁਬਈ। ਹੁਣ ਮੈਂ ਯਾਰ ਓਲਡ ਦੁਬਈ ਦੇਖਣ ਆਇਆ, ਪਤਾ ਪੁਤਾ ਕੀਤਾ, ਕਹਿੰਦੇ ਸਰ ਇੱਥੇ ਉਤਰੋ, ਇੱਥੋਂ ਬੱਸ ਪਕੜ ਕੇ ਅੱਗੇ ਜਾਣਾ ਆ। ਜਿੱਥੇ ਯਾਰ ਸਟਰੀਟ ਫੂਡ ਹੋਵੇ, ਮੈਂ ਘੁੰਮਦਾ ਰਿਹਾ ਸ਼ੋਪਿੰਗ ਸੈਂਟਰ ਵਿੱਚ, ਲਗਜ਼ਰੀ ਲਗਜ਼ਰੀ ਕੰਮ ਹੁੰਦਾ ਰਿਹਾ। ਮੈਨੂੰ ਜਿਹਦੇ ਯਾਰ ਸਟਰੀਟ ਫੂਡ ਹੋਵੇ, ਥੋੜ੍ਹਾ ਜਿਹਾ ਰੌਣਕ ਸ਼ੌਣਕ ਦੇਖੀਏ। ਸ਼ੋਪਿੰਗ ਸੈਂਟਰ ਤਾਂ ਆਪਾਂ ਸਾਰੇ ਦੇਖਦੇ ਬੋਰ ਹੋਏ ਪਏ ਯਾਰ। ਅਤੇ ਫਿਰ ਅੱਜ ਦਾ ਪਲੈਨ ਇਹੀ ਹੈ ਕਿ ਪੂਰਾ ਦਿਨ ਓਲਡ ਦੁਬਈ ਹੀ ਐਕਸਪਲੋਰ ਕਰੂੰਗਾ, ਜਿੱਥੇ ਉਹ ਕਰੂਜ਼ ਵਗੈਰਾ ਨਹੀਂ, ਸ਼ਿਪਸ ਵਗੈਰਾ ਚੱਲਦੀਆਂ, ਉਹ ਲੈਂਦੇ ਇੱਕ ਦਿਰਾਮ, ਉਹ ਵੀ ਦੇਖਦੇ ਹਾਂ ਕਿੱਥੇ ਆ ਕਿੱਥੇ ਨਹੀਂ। ਅੱਜ ਦਾ ਦਿਨ ਫਿਰ ਆਪਾਂ ਓਲਡ ਦੁਬਈ 'ਚ ਕੱਢਾਂਗੇ। ਮੈਂ ਇੱਕ ਜਗ੍ਹਾ 'ਤੇ ਪਹੁੰਚਿਆ ਹਾਂ, ਕਿਸੇ ਟਾਈਮ 'ਤੇ ਇੱਥੇ ਪਹਿਲਾਂ ਸ਼ੇਖ ਰਹਿੰਦੇ ਹੁੰਦੇ ਸੀ, ਉਹਨਾਂ ਨਿੱਕੀਆਂ ਨਿੱਕੀਆਂ ਗਲੀਆਂ, ਆ ਘਰ ਕੁਆਟਰ ਟਾਈਪ, ਅਤੇ ਉਹ ਫਿਰ ਸ਼ੇਖ ਨੂੰ ਇਹਨਾਂ ਨੇ ਮੂਵ ਕਰਤਾ, ਉਹਨਾਂ ਨੂੰ ਫਿਰ ਅਪਾਰਟਮੈਂਟਸ ਵਗੈਰਾ ਦੇ ਤੇ ਨਿਊ ਦੁਬਈ ਦੇ ਵਿੱਚ। ਅਤੇ ਇੱਥੇ ਹੁਣ ਆਪਣੇ ਜ਼ਿਆਦਾਤਰ ਫਿਲੀਪੀਨੋਸ, ਇੰਡੀਅਨਸ ਅਤੇ ਪਾਕਿਸਤਾਨੀ ਬਹੁਤ ਜ਼ਿਆਦਾ ਇਸ ਏਰੀਏ 'ਚ ਰਹਿੰਦੇ ਆ। ਰੈਂਟ ਇਹਨਾਂ ਦਾ ਵੀ ਸੁਪਰ ਐਕਸਪੈਂਸਿਵ ਬਾਈ, ਮਤਲਬ 4000 ਦਿਰਹਮ ਪਰ ਮੰਥ। ਆਹ ਮਿਲਿਆ ਮੈਨੂੰ ਇੱਕ ਰੈਸਟੋਰੈਂਟ ਇੱਥੇ, ਪਾਕ ਸਪੈਸ਼ਲ ਰੈਸਟੋਰੈਂਟ। ਖੁਸ਼ਬੂਆਂ ਤਾਂ ਵਧੀਆ ਆ ਰਹੀਆਂ ਨੇ, ਪਰ ਉਹ ਗੱਲ ਨਹੀਂ ਬਣੀ ਜੋ ਮੈਂ ਹਜੇ ਲੱਭ ਰਿਹਾ ਹਾਂ। ਸਟਰੀਟ ਫੂਡ ਪਰ ਰੈਸਟੋਰੈਂਟ ਵਧੀਆ, ਨੋ ਡਾਊਟ ਅਬਾਊਟ ਇਟ। ਜਿੱਦਾਂ ਹੀ ਉਸ ਰੈਸਟੋਰੈਂਟ ਤੋਂ ਥੋੜ੍ਹਾ ਜਿਹਾ ਮੈਂ ਅੱਗੇ ਆਇਆ ਤਾਂ ਮੈਨੂੰ ਹੁਣ ਆਹ ਲੋਕ ਦਿਖੇ ਨੇ ਇੱਥੇ, ਮੂੰਗਫਲੀ ਹੋ ਗਏ, ਅਖਰੋਟ ਹੋ ਗਿਆ, ਇੱਦਾਂ ਦੀ ਕੁਛ ਆਈਟਮਸ ਆ ਇਹ ਵੇਚ ਰਿਹਾ ਇੱਥੇ, ਫਿਗਰ ਆਊਟ ਕਰਦੇ ਹਾਂ। ਕੈਸੇ ਹੋ ਭਾਈ? ਠੀਕ ਠਾਕ ਅਲਹਮਦੁਲਿਲਾਹ। ਆਪ ਯੂਟਿਊਬ ਪੇ ਆਓਗੇ? ਅਬ ਹਾਂ ਭਾਈ ਨੂੰ ਚੰਗਾ ਕਰਾਊਡ ਪੈਂਦਾ ਯਾਰ, ਲੋਕ ਨੱਠੇ ਭੱਜੇ ਆ ਰਹੇ ਨੇ ਕਾਰਾਂ ਰੋਕ ਕੇ। ਇਹਦੇ ਕੋਲ ਆਹ ਅਖਰੋਟ ਖਰੀਦਣ ਅਫਗਾਨਿਸਤਾਨ ਦਾ ਮੇਰਾ ਭਾਈ ਹੈ, 1 ਕਿਲੋ 20 ਦਰਾਮ ਦੇ ਜੀ। ਆ ਲੋਕ ਦੇਖੇ ਮੈਨੂੰ ਇੱਥੇ ਬ੍ਰੈਡ ਬਣਾਉਂਦੇ, ਤੰਦੂਰ ਲੱਗਾ ਹੋਇਆ ਅੰਦਰ, ਅਤੇ ਕਾਫੀ ਚੰਗਾ ਕਰਾਊਡ ਹੈ ਯਾਰ ਇਹਨਾਂ ਰੋਟੀਆਂ ਨੂੰ ਲੈਣ ਦੇ ਲਈ। ਦੁਕਾਨ ਛੋਟੀ ਜਿਹੀ ਆ ਪਰ ਭਰੀ ਪਈ ਆ ਭਾਈ, ਮਤਲਬ ਦੇ ਆਰ ਹਾਈ ਇਨ ਡਿਮਾਂਡ ਯਾਰ। ਇਸੇ ਲਈ ਮੈਂ ਇੱਦਾਂ ਦੇ ਏਰੀਆ ਪਸੰਦ ਕਰਦਾ ਯਾਰ, ਬ੍ਰੈਡ ਹੋ ਗਈ, ਲੋਕਾਂ ਦੀ ਭੀੜ। ਸੁਪਰ ਮਾਰਕੀਟ ਤਾਂ ਆਪਾਂ ਨੂੰ ਸਿਰਫ ਉਸ ਸ਼ੈਲਫ 'ਤੇ ਮਿਲ ਜਾਂਦੀਆਂ, ਜਿਹਨੇ ਲੈਣੀ ਲਵੇ, ਨਹੀਂ ਲੈਣੀ ਨਾ ਲਵੇ, ਥਿੰਗਸ ਹੈਪਨ ਹੇਅਰ। ਹੁਣ ਜਾ ਕੇ ਮੈਨੂੰ ਥੋੜ੍ਹਾ ਸਟਰੀਟ ਫੂਡ ਦੇਖਣਾ ਸ਼ੁਰੂ ਹੋਇਆ। ਇਹ ਰਿਹਾ ਅਲਹਾਨਾ ਸੈਂਟਰ, ਅੱਜ ਵੈਸੇ ਬੰਦ ਆ, ਆਈ ਥਿੰਕ ਫਰਾਈਡੇ ਨੂੰ ਇੱਥੇ ਸੰਡੇ ਵਾਲਾ ਕੰਮ ਆ ਕਿ ਸਾਰਾ ਕੁਝ ਬੰਦ, ਰੈਸਟੋਰੈਂਟ ਵਗੈਰਾ ਖੁੱਲ੍ਹੇ ਆ ਦੋਨੋਂ ਸਾਈਡ, ਇੰਡੀਅਨ, ਪਾਕਿਸਤਾਨੀ, ਫਿਲੀਪੀਨਸ। ਸੰਡੇ ਦਾ ਦਿਨ ਹੈ ਅਤੇ ਆ ਸਾਰੇ ਮੇਰੇ ਪਾਕਿਸਤਾਨੀ ਵੀਰ ਹੈ ਜੀ, ਪੰਜਾਬ ਤੋਂ ਕ੍ਰਿਕਟ ਖੇਡਣ ਨਿਕਲੇ ਹੋਏ ਆ, ਛੁੱਟੀ ਦਾ ਦਿਨ ਦਾ ਪੂਰਾ ਫਾਇਦਾ ਉਠਾਉਂਦੇ ਹੋਏ, ਪੂਰਾ ਗੈਂਗ ਨਿਕਲਿਆ ਹੋਇਆ ਇਹਨਾਂ ਦਾ। ਕਿੰਨੇ ਜਾਣੇ ਆ ਟੋਟਲ? 11 ਪੂਰੇ, ਕਿਆ ਬਾਤ ਹੈ। ਇੱਥੇ 7ਵਾਂ ਰਾਊਂਡ ਬੋਰਡ ਆ ਉਹਦਾ ਨਾਮ, ਉੱਥੇ ਚੱਲਿਆ। ਪੂਰਾ ਮਜ਼ਾ ਲੈਂਦੇ ਹੋਏ ਮੇਰੇ ਭਰਾ ਵੀਰ ਇੱਥੇ, ਪੂਰਾ ਦਿਨ ਇਹਨਾਂ ਨੇ ਇੱਥੇ ਬੈਠੇ ਰਹਿਣਾ ਅਤੇ ਗੱਲਾਂ ਬਾਤਾਂ ਮਾਰਨੀਆਂ, ਅਤੇ ਇਹਨਾਂ ਦੀ ਛੁੱਟੀ ਇੰਜੋਏ ਹੋ ਗਈ। ਜਿੱਦਾਂ ਹੀ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ, ਸਭ ਤੋਂ ਪਹਿਲਾਂ ਡਿਸਾਈਡ ਕੀਤਾ ਗਿਆ ਕਿ ਚਾਹ ਅਤੇ ਹਲਕੇ ਹਲਕੇ ਪਕੌੜੇ ਖਾ ਲਿੱਤੇ ਜਾਣ, ਉਸ ਤੋਂ ਬਾਅਦ ਮੱਥਾ ਟੇਕਦੇ ਹਾਂ। ਮੈਨੂੰ ਇੱਥੇ ਆਉਂਦੇ ਹੀ ਪਤਾ ਚੱਲਿਆ ਕਿ ਇਸ ਗੁਰਦੁਆਰੇ ਦੇ ਲਈ ਦੁਬਈ ਸਰਕਾਰ ਵੱਲੋਂ ਬਿਜਲੀ ਅਤੇ ਪਾਣੀ ਮੁਫਤ ਆ, ਅਤੇ ਇਹ ਇਹਨਾਂ ਵੱਲੋਂ ਇੱਕ ਛੋਟਾ ਜਿਹਾ ਗਿਫਟ ਆ ਕਿ ਕੋਈ ਵੀ ਧਰਮ ਇੱਥੇ ਆਵੇ, ਚਰਚ ਹੋ ਗਈ, ਮੰਦਰ ਹੋ ਗਏ ਜਾਂ ਗੁਰਦੁਆਰਾ ਸਾਹਿਬ, ਉਹਨਾਂ ਨੂੰ ਕੋਈ ਦਬਾਅ ਹੀ ਨਹੀਂ ਰੱਖਿਆ ਜਾਂਦਾ। ਜਿਹੜੇ ਲੋਕ ਤਾਂ ਇੱਥੇ ਬੈਠ ਸਕਦੇ ਆਰਾਮ ਨਾਲ ਬੈਠ ਕੇ ਖਾਓ, ਅਤੇ ਜਿਹਨਾਂ ਨੂੰ ਥੋੜ੍ਹੀ ਪ੍ਰੋਬਲਮ ਆ ਜਿੱਦਾਂ ਬਜ਼ੁਰਗ ਹੋ ਗਏ ਜਾਂ ਫਿਰ ਨਹੀਂ ਬੈਠ ਸਕਦੇ ਪ੍ਰੋਪਰ, ਉਹਨਾਂ ਦੇ ਲਈ ਕੁਰਸੀਆਂ ਅਤੇ ਟੇਬਲ ਦਾ ਵੀ ਪ੍ਰਬੰਧ ਆ ਜਾਂ। Yeah.
ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਉੱਪਰ ਇਹਨਾਂ ਨੇ ਆਸਮਾਨ ਵਾਲੀ ਫੀਲਿੰਗ ਦਿੱਤੀ ਆ ਕਿ ਉੱਪਰ ਆਸਮਾਨ ਆ ਅਤੇ ਨੀਚੇ ਇੱਦਾਂ ਓਪਨ 'ਚ ਤੁਸੀਂ ਘੁੰਮ ਰਹੇ ਆ, ਜਦਕਿ ਇਹ ਸਾਰਾ ਕਵਰ ਆ ਉਹ ਵਧੀਆ ਡੈਕੋਰੇਟ ਕੀਤਾ ਵੀ, ਕਿਲੇ ਵਾਲੀ ਫੀਲਿੰਗ ਦਿੱਤੀ ਹੋਈ ਇਹਨੂੰ। ਬੁਗੂਤਾ ਨਾਮ ਬੜਾ ਘੈਂਟ ਆ, ਮੈਂ ਤਾਂ ਨਾਮ ਸੁਣ ਕੇ ਆ ਗਿਆ, ਮੈਂ ਚੱਲ ਇੱਧਰ ਹੀ ਘੁੰਮਦੇ ਹਾਂ। ਆਊਟਸਟੈਂਡਿੰਗ, ਮੈਂ ਇੱਕ ਸੁਪਰ ਮਾਰਕੀਟ 'ਚ ਆਇਆ ਸੀ ਇਸੇ ਤਰ੍ਹਾਂ, ਅਤੇ ਮੈਨੂੰ ਫਿਰ ਇੱਕ ਓ ਟੀ ਵੀ ਬਾਰੇ ਸੈਕਸ਼ਨ ਸੀਗੇ, ਆਹ ਟੀ ਵੀ ਮੈਨੂੰ ਬਹੁਤ ਵਧੀਆ ਲੱਗਾ, 55 ਇੰਚ ਦਾ ਆ, ਇਹ ਬਣਦਾ 1350 ਦਿਰਹਾਮ ਦਾ, ਅਤੇ ਜਿਹਨੂੰ ਆਪਾਂ 20 ਨਾਲ ਗੁਣਾ ਕਰੀਏ ਬਣ ਜਾਂਦਾ 27,000। 27,000 ਦੇ ਵਿੱਚ ਤੁਹਾਨੂੰ 55 ਇੰਚ ਹੀ ਸਮਾਰਟ ਟੀ ਵੀ ਮਿਲ ਜਾਂਦਾ ਯਾਰ। ਉਹ 4K ਵੀ ਆ, ਮੈਂ ਧਿਆਨ ਹੀ ਨਹੀਂ ਸੀ ਦਿੱਤਾ। ਵੈਰੀ ਨਾਈਸ ਯਾਰ। ਹੈ ਆ ਰਹੇ ਜਿੰਨਾ ਮੇਰੇ ਮਾਮਾ ਮਾਮੀ ਜੀ, ਅੱਜ ਫਿਰ ਸ਼ੋਪਿੰਗ ਕਰਦੇ ਕੱਢਤਾ ਪੂਰਾ ਦਿਨ, ਆਪਾਂ ਗੁਰਦੁਆਰੇ ਗਏ ਮੱਥਾ ਟੇਕਿਆ, ਉਸ ਤੋਂ ਬਾਅਦ ਸ਼ੋਪਿੰਗ ਕਰਨ ਆ ਗਏ ਅਬ ਬਤੂਤਾ, ਕੀ ਨਾਮ ਸੀ ਇਹਦਾ, ਈਬਨ ਬਤੂਤਾ ਮੋਲ, ਪੂਰਾ ਦਿਨ ਕੱਢਤਾ ਯਾਰ, ਖਤਮ ਹੋਣ ਤੀ ਨਹੀਂ ਆਉਂਦਾ, ਚੱਲ ਚੱਲ ਪਾਗਲ ਹੋ ਗਏ ਯਾਰ। ਥੈਂਕ ਯੂ ਮਾਮਾ ਮਾਮੀ ਜੀ। ਸ਼ੋਪਿੰਗ ਫਿਨਿਸ਼ ਕਰਤੀ ਹੈ, ਹੁਣ ਮੈਂ ਵਾਪਸ ਜਾ ਰਿਹਾ ਹੋਟਲ, ਪਹਿਲਾਂ ਸਮਾਨ ਰੱਖ ਕੇ ਆਊਂਗਾ, ਉਸ ਤੋਂ ਬਾਅਦ ਮੈਂ ਜਾਊਂਗਾ ਐਮੀਰੇਟਸ ਮੋਲ ਕਰਕੇ, ਉਹਦੇ ਵਿੱਚ ਉਹ ਆਈਸ ਸਕੇਟਿੰਗ ਵਗੈਰਾ ਉਹਦੇ ਵਿੱਚ ਹੀ ਕਰਦੇ ਆ, ਥੋੜ੍ਹਾ ਲੇਟ ਹੋ ਜਾਣਾ ਪਰ ਚੱਲ ਕੋਈ ਚੱਕਰ ਨਹੀਂ ਹੈਗਾ, ਅੱਜ ਤਾਂ ਦਿਨ ਮੈਂ ਬੇਕਾਰ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਨੂੰ ਜਾਣਾ ਹੀ ਪੈਣਾ ਉੱਥੇ, ਕਿਉਂਕਿ ਕੱਲ੍ਹ ਮੇਰਾ ਪਲੈਨ ਆ ਕਿ ਸ਼ਾਇਦ ਮੈਂ ਦੁਬਾਰਾ ਬੁਰਜ ਖਲੀਫਾ ਵੱਲ ਜਾਵਾਂ, ਅਜੇ ਅਬੂ ਧਾਬੀ ਪਿਆ, ਸ਼ਾਰਜਾ ਪਿਆ, ਦੁਬਈ ਦੇ ਵਿੱਚ ਹੀ ਬਹੁਤ ਕੁਛ ਹੈ ਯਾਰ ਕਰਨ ਨੂੰ, ਅਤੇ ਉੱਧਰ ਇੰਨਾ ਜਾ ਹੀ ਨਹੀਂ ਹੁੰਦਾ ਹੈਗਾ, ਇੱਧਰ ਅੱਜ ਇੱਧਰ ਹੀ ਬਿਜ਼ੀ ਹੋ ਗਏ ਸਾਰਾ ਦਿਨ, ਅਤੇ ਬਸ ਸਾਡੇ ਹੁਣ 2 ਜਾਂ 3 ਦਿਨ ਹੋਰ ਰਹਿ ਗਏ ਆ, ਇਸ ਕਰਕੇ ਲੇਜ਼ੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਆ ਗਿਆ ਹੁਣ ਦੇਖਣ ਮੋਲ ਆਫ ਐਮੀਰੇਟਸ, ਮੈਂ ਇਹ ਨੋਟ ਕੀਤਾ ਯਾਰ ਕਿ ਇੱਥੇ ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਕੁੜੀਆਂ ਨੂੰ ਰਿਸਟ੍ਰਿਕਸ਼ਨਸ ਹੁੰਦੀਆਂ ਹੋਣੀਆਂ ਕਿ ਆਹ ਨਹੀਂ ਪਾਉਣਾ ਉਹ ਨਹੀਂ ਪਾਉਣਾ, ਪਰ ਕੁੜੀਆਂ ਸਭ ਕੁਛ ਪਾਉਂਦੀਆਂ ਇੱਥੇ, ਸਕਰਟਸ ਹੋ ਗਈਆਂ, ਜੀਨਸ ਹੋ ਗਈਆਂ, ਕੋਈ ਐਡਾ ਇਸ਼ੂ ਨਹੀਂ ਹੈਗਾ, ਆਲ ਗੁੱਡ ਆ, ਯਾਨੀ ਕਿ ਦੁਬਈ ਨੇ ਥੋੜ੍ਹੀ ਆਜ਼ਾਦੀ ਦਿੱਤੀ ਹੋਈ ਹੈ ਕੁੜੀਆਂ ਨੂੰ, ਵੇਅਰ ਵਟ ਐਵਰ ਯੂ ਵਾਂਟ ਟੂ ਵੇਅਰ, ਠੀਕ ਆ, ਕੋਈ ਇਸ਼ੂ ਨਹੀਂ ਹੈਗਾ ਇਸ ਤਰ੍ਹਾਂ ਦਾ। ਸ਼ਰਾਬ ਵੀ ਕਾਫੀ ਅਵੇਲੇਬਲ ਆ, ਇੱਦਾਂ ਵੀ ਨਹੀਂ ਹੈਗਾ ਕਿ ਸ਼ਰਾਬ ਨਹੀਂ ਮਿਲਦੀ, ਈਜ਼ੀਲੀ ਅਵੇਲੇਬਲ ਆ। ਰਾਤ ਦੇ ਕਰੀਬ 10:30 ਹੋ ਚੁੱਕੇ ਆ ਅਤੇ ਹਜੇ ਵੀ ਕਾਫੀ ਜ਼ਿਆਦਾ ਕਰਾਊਡ ਆ ਇੱਥੇ। ਸਨ ਗਲਾਸਿਸ ਆਟ, ਚੋਰੀ ਕਰਨ ਦਊਗੇ ਕਿ ਨਹੀਂ, ਆਈ ਡੋਨਟ ਨੋ। ਅੱਛਾ, ਇਸ ਮੋਲ ਆਫ ਐਮੀਰੇਟਸ ਆਉਣ ਦਾ ਮੇਰਾ ਪਰਪਸ ਸੀਗਾ ਸਕੀ ਮੋਲ ਦੇਖਣਾ, ਸਕੀ ਜਿੱਥੇ ਪੂਰਾ ਉਹ ਬਰਫ਼ ਦਾ ਬਣਾ ਰੱਖਿਆ ਆ ਉਹੀ ਦੇਖਣ ਆਇਆ ਮੈਂ, ਹੋਰ ਮੈਨੂੰ ਇਸ ਸ਼ੋਪਿੰਗ ਮੋਲ 'ਚ ਕੋਈ ਇੰਟਰਸਟ ਨਹੀਂ ਹੈਗਾ, ਅਤੇ ਉਹ ਦੇਖੀ ਸ਼ੇਕ ਟੱਕਰ ਨਾ ਹੋ ਜਾਏ ਭਰਾ, ਪਲੀਜ਼ ਗੋ ਫੋਰ ਇਟ, ਥੈਂਕ ਯੂ। ਇੱਦੀ ਮੈਂ ਚੱਲਿਆ ਜਾ ਰਿਹਾ ਸੀਗਾ ਤਾਂ ਮੈਂ ਯਾਰ ਇਹਨਾਂ ਤੋਂ ਸੁਣਿਆ, ਨੋਰਮਲੀ ਆਪਾਂ ਨੂੰ ਕਿਹਾ ਜਾਂਦਾ ਕਿ ਦੁਬਈ ਦੇ ਵਿੱਚ ਆਪਾਂ ਜ਼ਮੀਨ ਜਾਂ ਜਾਇਦਾਦ ਨਹੀਂ ਲੈ ਸਕਦੇ, ਬਿਲਕੁਲ ਗਲਤ ਆ ਇਹ, ਜਿੱਦਾਂ ਉਹਨਾਂ ਬਿਲਡਿੰਗਸ ਆ ਇਹ ਬੰਨੀਆਂ ਆ, ਇਹਦੇ ਵਿੱਚ 1 ਬੈਡਰੂਮ 2 ਬੈਡਰੂਮ 3 ਬੈਡਰੂਮ ਜਿੱਦਾਂ ਵੀ ਤੁਹਾਡੀ ਹੈਸੀਅਤ ਆ ਤੁਸੀਂ ਲੈ ਸਕਦੇ ਹਾਂ, ਅਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਬਈ ਜੇ ਮੈਂ ਇਹ ਪ੍ਰੋਪਰਟੀ ਲੈਣੀ ਹੋਵੇ, ਮੈਂ ਵਿਜ਼ਟਰ ਵੀਜ਼ਾ 'ਤੇ ਹਾਂ, ਉਹ ਕਹਿੰਦੇ ਤੁਸੀਂ ਲੈ ਸਕਦੇ ਹਾਂ, ਸਪੋਜ਼ ਕਰੋ 5 ਲੱਖ ਦਾ ਆ 1 ਬੈਡਰੂਮ ਅਪਾਰਟਮੈਂਟ, ਅਤੇ ਆਪਾਂ ਨੂੰ ਉਹਦਾ 8% ਹਿੱਸਾ ਦੇਣਾ ਆ, ਉਸ ਤੋਂ ਬਾਅਦ ਪ੍ਰੋਪਰਟੀ ਤੁਹਾਡੀ, ਲੋਨ ਲੈ ਕੇ ਜਿੱਦਾਂ ਵੀ ਤੁਹਾਡੀ ਇੱਛਾ ਆ। ਯਾਰ ਇਹਨਾਂ ਤਾਂ ਡੀਲ ਹੀ ਬੜੀ ਵਧੀਆ ਦਿੱਤੀ ਆ, ਇਹ ਕਹਿੰਦੇ ਤੁਸੀਂ ਸਿਰਫ ਅਪਾਰਟਮੈਂਟ ਲੈ ਲਓ, ਅਸੀਂ ਤੁਹਾਨੂੰ ਰੈਂਟ 'ਤੇ ਬੰਦਾ ਵੀ ਲੱਭ ਕੇ ਦੇਵਾਂਗੇ, 55,000 ਦਿਰਹਾਮ ਤੁਹਾਡੇ ਅਕਾਊਂਟ ਵਿੱਚ ਆਉਂਦਾ ਰਹੂਗਾ ਗਰੰਟੀਡ। ਅੱਛਾ, ਜਿਹੜਾ ਤੁਸੀਂ ਲੋਨ ਲਓਗੇ ਨਾ 4 ਸਾਲ ਲਈ ਇੰਟਰਸਟ ਫਰੀ ਆ, ਪਰ ਉਸ ਤੋਂ ਬਾਅਦ ਪੈਸੇ ਸ਼ੁਰੂ ਹੋ ਜਾਣੇ ਆ, ਇਸ ਕਰਕੇ 5 ਲੱਖ ਦਿਰਹਾਮ ਦਾ ਪੈਂਦਾ ਆ। ਹੁਣ 5 ਲੱਖ ਨੂੰ 20 ਨਾਲ ਗੁਣਾ ਕਰੋ, 5 ਆਪ ਹੀ ਫਿਗਰ ਆਊਟ ਕਰ ਲਓ ਯਾਰ, ਲੋਕੇਸ਼ਨ ਦਾ ਵੀ ਫਰਕ ਪੈਂਦਾ ਆਫਕੋਰਸ, ਅਤੇ ਵੈਸੇ ਨੋਟ ਬੈਡ ਡੀਲ ਹੈ ਯਾਰ, ਦੁਬਈ 'ਚ ਤਾਂ ਮਾਰਾ ਮਾਰੀ ਹੋਈ ਪਈ ਆ ਘਰਾਂ ਨੂੰ ਲੈ ਕੇ, ਇੰਨਾ ਤਾਂ ਮੈਨੂੰ 2-3 ਦਿਨਾਂ 'ਚ ਪਤਾ ਲੱਗ ਗਿਆ ਇੱਥੇ। ਬੜੀ ਜ਼ਬਰਦਸਤ ਖੁਸ਼ਬੂ ਆ ਰਹੀ ਹੈ ਯਾਰ, ਯਾਰ ਮੋਲਸ ਬਹੁਤ ਵਧੀਆ ਇੱਥੇ, ਹੋਰ ਗੱਲਾਂ ਹੀ ਗੱਲਾਂ, ਕੁਛ ਨਹੀਂ ਹੈਗਾ ਕਰਨ ਨੂੰ, ਮੋਲ 'ਚ ਆ ਜਾਓ, ਟਾਈਮ ਪਾਸ ਅਤੇ ਟਾਈਮ ਪਾਸ, ਫੀਲਿੰਗ ਹੀ ਵਧੀਆ। ਫਾਈਨਲੀ ਆਪਾਂ ਪਹੁੰਚ ਗਏ ਹਾਂ ਸਕੀ ਦੁਬਈ 'ਤੇ, ਇਹ ਰਿਹਾ ਜੀ ਦੁਬਈ, ਜਾ ਰਿਹਾ ਸਕੀ ਦੁਬਈ। ਕਿਹਨੇ ਸੋਚਿਆ ਸੀ ਕਿ ਦੁਬਈ ਦੇ ਵਿੱਚ ਬਰਫ਼ ਹੋਏਗੀ, ਖਮੋਨ ਯਾਰ, ਆਊਟਸਟੈਂਡਿੰਗ ਸਟੇ। ਅਤੇ ਇੱਥੇ ਮੈਂ ਸਕੀ ਦੁਬਈ ਆਇਆ, ਵੈਸੇ ਮੇਰਾ ਮਨ ਤਾਂ ਸੀਗਾ ਨਹੀਂ, ਪਰ ਫਿਰ ਮੈਂ ਸੋਚਿਆ ਕਿਉਂ ਨਾ ਇੱਕ ਕੌਫੀ ਪੀ ਲਿੱਤੀ ਜਾਵੇ, ਇਸ ਕਰਕੇ ਹੁਣ ਫਲੈਟ ਵਾਈਟ ਆ ਗਈ ਆ, ਆਹ ਪਤਾ ਨਹੀਂ ਕੀ ਆਈਟਮ ਆ ਤੇਰੀ, ਬਰਾਊਨ ਸ਼ੂਗਰ, ਕੋਈ ਚੱਕਰ ਨਹੀਂ ਹੈਗਾ, ਆਉਂਦੇ। ਇੱਥੇ ਮੈਂ ਕੌਫੀ ਪੀਣ ਲਈ ਮਨ ਇਸ ਲਈ ਬਣਾ ਲਿਆ, ਬਹੁਤ ਵਧੀਆ ਸ਼ਾਨਦਾਰ ਵਿਊ ਹੈ ਯਾਰ,
ਐਕਚੁਅਲੀ ਮੈਂ ਸੀਟ ਗਲਤ ਲੈ ਲਈ, ਉਧਰ ਨੂੰ ਕਰਦੇ ਹਾਂ ਤਾਂ ਕਿ ਆਪਾਂ ਨੂੰ ਪਿੱਛੇ ਬਰਫ਼ ਵੀ ਦਿਖਦੀ ਰਹੇ। ਵੈਲਕਮ ਟੂ ਸਕੀ ਦੁਬਈ, ਥੈਂਕ ਯੂ ਵੈਰੀ ਮੱਚ। ਨਾਈਸ ਕੌਫੀ ਐਟ ਦ ਸਕੀ ਦੁਬਈ, ਕੱਪ ਬੜਾ ਘੈਂਟ ਹੈ ਯਾਰ। ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਯੂਟਿਊਬ 'ਤੇ, ਪਰ ਮੇਰਾ ਮਨ ਹੋਣ ਲੱਗ ਗਿਆ ਇੱਥੋਂ ਕੱਪ ਚੋਰੀ ਕਰਨ ਦਾ। ਬੜੀ ਹੀ ਸ਼ਾਨਦਾਰ ਜੀ ਕੌਫੀ ਹੈ ਯਾਰ, ਅਤੇ ਆ ਰਿਹਾ ਨਾਲ ਤੁਹਾਡੇ ਦੁਬਈ ਦੇ ਵਿੱਚ ਵਿਊ। ਰਾਤ ਦੇ 10:30 ਹੋ ਚੁੱਕੇ ਆ, ਫਿਰ ਵੀ ਆਪਾਂ ਕੌਫੀ ਇੰਜੋਏ ਕਰਾਂਗੇ ਕਿਉਂਕਿ ਸ਼ਰਾਬ ਵਿਸਕੀ ਤੋਂ ਮੈਂ ਜ਼ਰਾ ਦੂਰ ਹੀ ਰਹਿੰਦਾ। ਕੌਫੀ ਮੈਂ ਇੱਕ ਅੱਧੀ ਐਕਸਟਰਾ ਵੀ ਪੀ ਲਈ ਹੈ, ਇੰਨੀ ਬੁਰੀ ਨਹੀਂ ਹੈ। ਦੁਬਈ ਦੀ ਸਭ ਤੋਂ ਵਧੀਆ ਕੌਫੀ ਮੈਨੂੰ ਹੁਣ ਮਿਲੀ ਹੈ, ਜਿੱਦਾਂ ਦੀ ਮੈਂ ਮੰਗਦਾ ਨਾ ਬਿਟਰ। ਐਕਚੁਅਲੀ ਸਟਾਰਬਕਸ ਨੇ ਮੈਨੂੰ ਥੋੜ੍ਹਾ ਨਹੀਂ ਕਾਫੀ ਜ਼ਿਆਦਾ ਡਿਸਪੁਆਇੰਟ ਕੀਤਾ, ਇੰਨੀ ਵਧੀਆ ਨਹੀਂ ਸੀਗੀ। ਤਿੰਨ ਹੋਟਲ ਦੀ ਕੌਫੀ ਵਧੀਆ ਸੀ, ਆ ਬਾਰ ਦਾ ਨਾਮ ਮੈਨੂੰ ਬਾਰ ਕਹਿਤਾ, ਇਸ ਕੌਫੀ ਬਾਰ ਦਾ ਨਾਮ ਮੈਨੂੰ ਪਤਾ ਨਹੀਂ, ਪਰ ਸੀਰੀਅਸਲੀ ਨਾਈਸ ਵਰਕ ਯਾਰ। ਮੈਨੂੰ ਐਕਸਟਰਾ ਹੋਟ ਕਹਿਣਾ ਭੁੱਲ ਗਿਆ, ਪਰ ਫਿਰ ਵੀ ਕਾਫੀ ਹੋਟ ਆ। ਪਿੱਛੇ ਸ਼ਰਾਰਤਾਂ ਕਰਨ ਲੱਗੇ ਹੋਏ ਬਰੋ ਉਹਦੇ ਵਿੱਚ। ਇਹ ਲੋਕ ਕਹਿੰਦੇ ਆ ਕਿ ਸਾਡੇ ਰੈਸਟੋਰੈਂਟ ਦਾ ਨਾਮ ਮੈਂਸ਼ਨ ਕਰੋ ਤੁਹਾਨੂੰ ਮੀਲ ਵਾਊਚਰ ਦਿੱਤਾ ਜਾਊਗਾ। ਮੈਂ ਕਿਹਾ ਕਰ ਦਿੰਦੇ ਮੈਂਸ਼ਨ, ਸਾਨੂੰ ਕੀ ਜਾਂਦਾ। ਲਓ ਜਨਾਬ, ਇਸ ਕੈਫੇ ਦੀ ਕੌਫੀ ਤਾਂ ਮੈਂ ਮੈਂਸ਼ਨ ਕਰੀ ਦਿੱਤੀ ਕਿੰਨੀ ਵਧੀਆ ਸੀ। ਉਹ ਬਾਈ ਨੂੰ ਮੈਂ ਹੁਣੇ ਹੁਣੇ ਪੁੱਛਿਆ, ਮੈਂ ਕਿਹਾ ਇੱਥੇ ਤਾਂ ਹੁਣ ਇੰਨੀ ਵਧੀਆ ਲੋਕੇਸ਼ਨ ਆ, ਬੜੇ ਸੁਪਰ ਸਟਾਰ ਆਉਂਦੇ ਹੋਣੇ ਇੱਥੇ। ਕਹਿੰਦਾ ਵਿਲ ਸਮਿਥ ਆਇਆ ਸੀ। ਓਕੇ, ਦੈਟਸ ਇਨਫ। ਲੋ ਜਨਾਬ, ਸਕੀ ਦੁਬਈ ਦੇ ਨੀਚੇ ਇਹ ਮੇਰਾ ਬਾਈ ਮਿਲਿਆ, ਇਹ ਨੇਪਾਲ ਸੇ। ਹਾਂ, ਯੇ ਯਹਾਂ ਪੇ ਸਿਕਿਉਰਿਟੀ ਕਰਤੇ ਹੈਂ। ਕਿਸ ਬਾਤ ਕੀ ਸਿਕਿਉਰਿਟੀ? ਔਰ ਯਾਰ, ਸਮਾਨ ਮਾਲ ਸੇ ਕਰਤੇ ਹੈ, ਕੋਈ ਤੋ ਅੰਦਰ ਸੇ ਬਾਹਰ ਨਾ ਲੈ ਜਾਏ ਸਮਾਨ, ਇਧਰ ਕਾ ਇਸਕੀ ਦੁਬਈ ਕਾ ਸਮਾਨ ਹੋਤਾ ਹੈ ਨਾ। ਅੱਛਾ ਅੱਛਾ ਅੱਛਾ, ਵੋ ਜੋ ਸ਼ੂਜ਼ ਵਗੈਰਾ ਪਹਿਨੇ ਹੋਤੇ ਹੈਂ। ਅੱਛਾ, ਵੋ ਜੋ ਸ਼ੂਜ਼ ਵਗੈਰਾ ਪਹਿਨਤੇ, ਵੋ ਚੋਰੀ ਨਾ ਕਰ ਲੇ, ਔਰ ਗਲਵਸ ਵਗੈਰਾ ਹੋਤਾ ਹੈ ਨਾ। ਸਮਝ ਗਿਆ ਸਮਾਨ ਦੁਨੀਆਦਾਰੀ ਹੋਤਾ ਹੈ। ਨਹੀਂ ਠੀਕ ਹੈ, ਅੱਛੀ ਜੋ ਬੇ, ਯੇ ਕਿਤਨੇ ਵਜੇ ਬੰਦ ਹੋ ਜਾਏਗਾ? ਹਾਂ, 12 ਵਜੇ ਬੰਦ ਹੋ ਜਾਏਗਾ। 12 ਵਜੇ ਬੰਦ ਹੋ ਜਾਏਗਾ ਬਾਈ, ਤੋ ਮੰਦਰ ਜਾ ਸਕਦਾ ਹੂੰ ਨਾ ਅਭੀ? ਆਰਾਮ ਸੇ, ਆਰਾਮ ਸੇ ਜਾਊਂਗਾ, ਆਰਾਮ ਸੇ ਹੀ ਆਊਂਗਾ। ਇੱਥੋਂ ਲੈਣੀ ਹੈ ਟਿਕਟ, ਮੈਨੂੰ ਬਿਲਕੁਲ ਗਲਤ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇੱਥੇ 50 baht ਪਿਆ ਦੀ ਰਾਮ ਟਿਕਟ ਆ। ਪ੍ਰਾਈਸ ਤੁਹਾਡੇ ਸਾਹਮਣੇ ਆ ਜਨਾਬ, ਆ ਪ੍ਰਾਈਸ ਆ ਸਕੀ ਦੁਬਈ ਦਾ, ਠੀਕ ਆ। ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਨਾ, ਅਤੇ ਉਹ ਰਿਹਾ ਅੰਦਰ ਸਕੀ ਦੁਬਈ, ਅਤੇ ਬਾਹਰ ਇਹਨਾਂ ਨੇ ਆ ਲਟਰਮ ਸ਼ਟਰਮ ਖਾਣ ਦੇ ਲਈ ਰੱਖਿਆ ਹੋਇਆ ਆ, ਅਤੇ ਆ ਬੇਕਾਰ ਜਿਹੀਆਂ ਚੀਜ਼ਾਂ ਪਤਾ ਨਹੀਂ ਕਿਉਂ ਰੱਖ ਦਿੰਦੇ, ਹਮੇਸ਼ਾ ਕੋਈ ਨਹੀਂ ਖਰੀਦਦਾ ਇਹਨਾਂ ਨੂੰ। ਅਤੇ ਇਹ ਰਿਹਾ ਸਾਡਾ ਸਕੀ ਦੁਬਈ ਹੋ ਗਿਆ। ਹੁਣ ਮੈਂ ਇਹਨੂੰ ਥੋੜ੍ਹਾ ਬਹੁਤ ਹੋਰ ਐਕਸਪਲੋਰ ਕਰਦਾ, ਮੇਰੇ ਕੋਲ 40 ਜਾਂ 50 ਮਿੰਟ ਹੋਰ ਆ, ਉਸ ਤੋਂ ਬਾਅਦ ਆਪਾਂ ਇੱਥੋਂ ਨਿਕਲ ਜਾਣਾ ਆ, ਕਿਉਂਕਿ ਫਿਰ ਲਾਸਟ ਅੱਜ ਫਰਾਈਡੇ ਕਰਕੇ ਨਾ ਟ੍ਰੇਨਸ ਵੀ ਜ਼ਰਾ ਛੇਤੀ ਬੰਦ ਹੋ ਰਹੀਆਂ ਆ। ਅਤੇ ਬੜਾ ਸ਼ਾਨਦਾਰ ਬਣਾ ਰੱਖਿਆ ਯਾਰ, ਹੋਰ ਗੱਲਾਂ ਦੀ ਗੱਲਾਂ ਐਕਸਪਲੋਰ ਕਰਦੇ, 2-3 ਸ਼ੋਪਸ ਦੈਨ ਵੀ ਡਨ ਫਰੋਮ ਹੇਅਰ। ਕਿਆ ਸ਼ੋਪ ਬਣਾ ਰੱਖੀ ਯਾਰ, ਇੰਨਾ ਖਰਚਾ, ਚਾਹੇ ਬੰਦਾ ਆਵੇ ਜਾਂ ਨਾ ਆਵੇ ਇਹ ਚੱਲੀ ਜਾਣਾ ਆ। ਬੈਸਟ ਆਫ ਲੱਕ ਹੈ। ਮੈਂ ਤਾਂ ਦੁਬਈ ਦੇ ਮੋਲ ਦੇਖ ਦੇਖ ਕੇ ਇਹਨਾਂ ਦਾ ਫੈਨ ਹੋ ਗਿਆ ਯਾਰ। ਮੋਲ ਆਫ ਐਮੀਰੇਟਸ ਬਹੁਤ ਹੀ ਜ਼ਬਰਦਸਤ ਯਾਰ, ਹਰ ਇੱਕ ਮੋਲ, ਮਤਲਬ ਮੈਨੂੰ ਲੱਗਦਾ ਕਿ ਆਹ ਵਧੀਆ, ਉਸ ਤੋਂ ਬਾਅਦ ਕੁਛ ਹੋਰ ਦੇਖਿਆ ਜਾਂਦਾ ਉਹ ਵਧੀਆ। ਵਾਫੀ ਮੋਲਸ ਹੋ ਗਿਆ, ਦੁਬਈ ਮੋਲ ਹੋ ਗਿਆ, ਆਹ ਐਮੀਰੇਟਸ ਮੋਲ ਹੋ ਗਿਆ, ਕਮਾਲ ਹੀ ਕਰ ਰੱਖੀ ਯਾਰ। ਇੰਨਾ ਜ਼ਿਆਦਾ ਪੈਸਾ, ਐਡੇ ਬੜੇ ਬੜੇ ਬ੍ਰਾਂਡ, ਆਊਟਸਟੈਂਡਿੰਗ ਯਾਰ। ਅਤੇ ਉੱਪਰ ਦੀ ਰਸ਼ ਵੀ ਆ, ਰਸ਼ ਮਤਲਬ ਇਹ ਰਸ਼ ਉਹ ਕਰਾਊਡ ਵਾਲਾ ਰਸ਼ ਕਹਿ ਰਿਹਾ ਮੈਂ, ਅਤੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਯਾਰ। ਅਤੇ ਉੱਪਰ ਦੀ ਐਡੇ ਬੜੇ ਬੜੇ ਯਾਰ, ਚੱਲ ਚੱਲ ਕੇ ਮੈਂ ਤਾਂ ਪਰੇਸ਼ਾਨ ਹੋ ਜਾਂਦਾ ਯਾਰ, ਪੂਰਾ ਇੱਦਾਂ ਲੱਗਦਾ ਕਿ 3-4 ਘੰਟੇ ਇੱਥੇ ਕੱਢਦੇ ਨੇ, ਇੰਨਾ ਕੁਛ ਦੇਖਣ ਲਈ ਆ ਜੇ ਉਹ। ਬੜਾ ਪੈਸਾ ਖਰਚ ਕਰਦਾ ਵੀ ਸ਼ੇਖ ਬਾਈ ਨੇ, ਕਮਾਲ ਕਰ। ਲਓ ਬਾਈ, ਹੁਣ ਆਪਾਂ ਐਗਜ਼ਿਟ ਮਾਰੀਏ ਇੱਥੋਂ ਮੋਲ ਆਫ ਐਮੀਰੇਟਸ ਤੋਂ, ਅਤੇ ਇਹ ਵਧੀਆ ਬਣਾ ਰੱਖਿਆ ਆ, ਜਿੱਦਾਂ ਆਪਾਂ ਇੱਥੋਂ ਐਗਜ਼ਿਟ ਮਾਰਦੇ ਹਾਂ ਸਾਹਮਣੇ ਮੈਟਰੋ ਆ, ਉਹ ਮੋਲ ਆਫ ਦੁਬਈ ਮੋਲ ਜਿਹੜਾ ਵੀ ਸੀ ਉਹਦੇ ਥੋੜ੍ਹੀ ਪ੍ਰੋਬਲਮ ਆਉਂਦੀ ਸੀ, ਉਹ ਜਰਾ 20-25 ਮਿੰਟ ਦੀ ਅੱਗੇ
ਵਾਕਿੰਗ ਸੀਗੀ ਆ ਇਹਨਾਂ ਨੇ ਬਹੁਤ ਵਧੀਆ ਬਣਾ ਰੱਖਿਆ ਸ਼ਾਨਦਾਰ ਮੋਲ ਤੋਂ ਮੈਨੂੰ ਯਾਦ ਆਇਆ ਕਿ ਇੱਥੇ ਨਾ ਇੱਕ ਮੋਲ ਆ ਮੈਂ ਉਹਦਾ ਨਾਮ ਭੁੱਲ ਗਿਆ ਮੈਂ ਮੈਂਸ਼ਨ ਕਰੂੰਗਾ ਅਗਲੀ ਵੀਡੀਓ ਵਿੱਚ ਸਾਰਿਆਂ ਨੇ ਕਿਹਾ ਜਿੱਦਾਂ ਉਹ ਆਪਣਾ ਸਫਾਰੀ ਵਾਲਾ ਡਰਾਈਵਰ ਸੀ ਉਹਨੇ ਵੀ ਦੱਸਿਆ ਕਿ ਇੱਦਾਂ ਦੇ ਮੋਲ ਵਿੱਚੋਂ ਬ੍ਰਾਂਡਡ ਕੱਪੜੇ ਖਰੀਦਣ ਦੀ ਜ਼ਰੂਰਤ ਨਹੀਂ ਹੈ ਜਿੱਦਾਂ ਆਪਣੇ ਡੀ ਐਫ ਓ ਨਹੀਂ ਹੈਗੇ ਹਾਫ ਪ੍ਰਾਈਸ 50% ਔਫ ਉਸੇ ਤਰ੍ਹਾਂ ਇੱਕ ਮੋਲ ਆ ਉੱਥੇ 50% ਔਫ 'ਤੇ ਮਿਲ ਜਾਂਦਾ ਸਮਾਨ ਉਹਦਾ ਨਾਮ ਹੁਣ ਮੇਰੇ ਦਿਮਾਗ 'ਚੋਂ ਨਿਕਲ ਗਿਆ ਯਾਰ ਉਹ ਫਿਰ ਮੈਂਸ਼ਨ ਕਰਦਾ ਅਤੇ ਉੱਥੋਂ ਵੀ ਸ਼ੋਪਿੰਗ ਕਰਨ ਜਾਣਾ ਮੇਰਾ ਉੱਧਰ ਜਾਣਾ ਹੀ ਨਹੀਂ ਹੋਇਆ ਅਤੇ ਦੇਖਦੇ ਹਾਂ ਉਹ ਵੀਡੀਓ ਦੇ ਚੱਕਰ 'ਚ ਭੁੱਲ ਗਿਆ ਮੇਰੀ ਟ੍ਰੇਨ ਸਿਰਫ 5 ਮਿੰਟ 'ਚ ਆ ਜੇ ਮੇਰੀ ਇਹ ਟ੍ਰੇਨ ਨਿਕਲ ਗਈ ਮੈਂ ਉਬਰ 'ਤੇ ਆ ਜਾਣਾ ਅਤੇ ਉਬਰ 'ਤੇ ਆਪਾਂ ਨਹੀਂ ਆਉਣਾ ਲਾਸਟ ਮੈਟਰੋ ਪਕੜੀ ਲੈਣੀ ਸਲਾਮ ਵਾਲੇਕੁਮ ਕਿਆ ਨਹੀਂ ਐਡ $20 ਪਲੀਜ਼ ਯੇ ਦਿਰਹਮ ਥੈਂਕ ਯੂ ਲਾਸਟ ਟ੍ਰੇਨ ਮਿਲ ਹੀ ਗਈ ਹੈ ਹੋਟਲ ਦੇ ਲਈ ਅਤੇ ਵਧੀਆ ਰਿਹਾ ਇਹਦਾ ਦਿਨ ਕੁੱਲ ਮਿਲਾ ਕੇ ਕਾਫੀ ਕੁਛ ਹੋ ਗਿਆ ਕੱਲ੍ਹ ਵਰਗਾ ਨਹੀਂ ਰਿਹਾ ਸਫਾਰੀ ਵਗੈਰਾ ਕੀਤੀ ਸੀ ਬਹੁਤ ਵਧੀਆ ਸੀਗਾ ਪਰ ਅੱਜ ਸ਼ੋਪਿੰਗ ਸੈਂਟਰ ਦੇਖੇ ਗੁਰਦੁਆਰਾ ਸਾਹਿਬ ਮੱਥਾ ਟੇਕ ਹੋ ਗਿਆ ਕੱਲ੍ਹ ਦਾ ਮੈਂ ਹੁਣ ਸੋਚ ਰਿਹਾ ਕਿ ਮੈਂ ਹੋ ਸਕਦਾ ਅਟਲਾਂਟਿਕ ਜਾ ਕੇ ਆਵਾਂ ਅਤੇ ਗਲੋਬਲ ਵਿਲੇਜ ਇਹ ਦੋ ਚੀਜ਼ਾਂ ਮੈਂ ਸੋਚ ਰੱਖੀਆਂ ਨੇ ਦੇਖਦੇ ਹਾਂ ਯਾਰ ਇੱਕ ਵੀ ਵਾਰ ਸ਼ੋਪਿੰਗ ਸੈਂਟਰ ਚੱਲ ਜਾਓ ਨਾ ਤੁਹਾਡੇ 3 ਜਾਂ 4 ਘੰਟੇ ਲੱਗ ਹੀ ਜਾਂਦੇ ਆ ਅਤੇ ਮੈਂ ਡਿਸਾਈਡ ਕੀਤਾ ਕੱਲ੍ਹ ਸ਼ੋਪਿੰਗ ਸੈਂਟਰ ਨਹੀਂ ਜਾਣਾ ਅਤੇ 12:30 ਹੋ ਚੁੱਕੇ ਰਾਤ ਦੇ ਅਤੇ ਆਪਾਂ ਬਸ ਆਈ ਥਿੰਕ 1 ਵਜੇ ਤੱਕ ਤਾਂ ਪਹੁੰਚ ਜੂੰਗਾ ਮੈਂ ਹੋਟਲ ਆਪਣੇ ਲਓ ਬਾਈ ਹੋਟਲ ਪਹੁੰਚ ਗਏ ਹਾਂ ਮੇਰੇ ਹੁਣ ਵੀ ਦਿਮਾਗ 'ਚ ਆਇਆ ਕਿ ਇਹ ਬੰਦੇ ਵੀ ਰੋਜ਼ ਨੋਟ ਕਰਦੇ ਹੋਣੇ ਕਿ ਇਹ ਇੱਥੇ ਕੁਛ ਆਉਂਦਾ ਆਪਣੇ ਰੂਮ 'ਚ ਜਾਣ ਤੋਂ ਪਹਿਲਾਂ ਕੁਛ ਬੜਬੜਾਉਂਦਾ ਉਸ ਤੋਂ ਬਾਅਦ ਇਹ ਚਲਾ ਜਾਂਦਾ ਚਲੋ ਇਹਨਾਂ ਨੂੰ ਸੋਚਣ ਦਿਓ ਅਤੇ ਆਪਾਂ ਆਪਣਾ ਡੇ 4 ਇੱਥੇ ਹੀ ਫਿਨਿਸ਼ ਕਰਦੇ ਹਾਂ